ਘਰ ਸਜਿਓ। ਆ ਜਾਣਦੇ ਹੋ ਕੋਈ ਸਮਾਂ ਸੀ, ਆ ਪੁਰਾਣੇ ਬਜ਼ੁਰਗ ਤੇ ਮੇਰੀਆਂ ਮਤਾਵਾਂ ਬੈਠੀਆਂ ਕਿ ਪੰਜਾਬ ਦੇ ਜੰਮਿਆਂ ਨੂੰ ਮਿੱਤ ਮਨੇ ਮਾਂ, ਇਹਨਾਂ ਪੰਜਾਬੀਆਂ ਨੇ ਭਾਈ ਸਿਕੰਦਰ ਲੋਧੀ ਤੋਂ ਲੈ ਕੇ ਪਤਾ ਹੀ ਨਹੀਂ ਕਿ ਕਿੰਨੇ ਕੁ ਜਰਮਾਨਿਆਂ ਨਾਲ ਮੱਥਾ ਤਾਂ ਲਾ ਦਿੱਤਾ ਪਰ ਡੋਲੇ ਨਹੀਂ। ਅੱਜ ਦੀਆਂ ਜਰਮਾਨੀਆਂ ਸਰਕਾਰਾਂ ਨੇ ਇਹਨਾਂ ਨੂੰ ਖਤਮ ਕਰਨ ਦਾ ਨਵਾਂ ਰਾਹ ਬਣਾਇਆ, ਖਾਸ ਕਰਕੇ ਸਿੱਖਾਂ ਨੂੰ, ਕਿਉਂਕਿ ਇਹ ਜਾਣਦੀਆਂ ਆ ਜਿਹੜੀ ਸਿੱਖ ਕੌਮ ਹੈ ਨਾ, ਇਹ ਅੱਜ ਤੱਕ ਕਿਸੇ ਤੋਂ ਬੰਬਾਂ ਬੰਦੂਕਾਂ ਜਾਂ ਕਿਸੇ ਹੋਰ ਹਥਿਆਰਾਂ ਨਾਲ ਖਤਮ ਹੋ ਨਹੀਂ ਸਕੀ। ਤੇ ਕਿਉਂ ਨਾ ਇਹਨਾਂ ਨੂੰ ਨਸ਼ੇ ਦੇ ਹਥਿਆਰ ਦੇ ਨਾਲ ਖਤਮ ਕਰਦੀ ਹੈ, ਤੇ ਕਿਸੇ ਹੱਦ ਤੱਕ ਇਹਨਾਂ ਦੀ ਇਹ ਚਾਲ ਕਾਮਯਾਬ ਹੋ ਚੁੱਕੀ ਹੈ। ਅੱਜ ਪਿੰਡ ਪਿੰਡ ਸ਼ਹਿਰ ਸ਼ਹਿਰ ਵਿੱਚ ਘਰ ਘਰ ਦੀ ਕਹਾਣੀ ਹੈ। ਮਾਵਾਂ ਤੇ ਪੁੱਤ ਮਾਵਾਂ ਕੋਲੋਂ ਦੂਰ ਚਲੀ ਜਾ ਰਹੇ ਨੇ। ਅੱਜ ਦੀ ਨੌਜਵਾਨੀ ਆ ਨਸ਼ੇ ਵਿੱਚ ਗੁਲਤਾਨ ਹੀ ਉੱਤਰ ਖੋਹਾਂ ਤੇ ਉੱਤਰ ਆਈ, ਆਪਣੇ ਨੂੰ ਆਪਣੇ ਮਾਰੀ ਜਾ ਰਹੇ। ਇਹ ਸੰਸਾਰਾਂ ਜਾਣਦੀਆਂ ਨੇ ਜਦੋਂ ਵੀ ਇਹਨਾਂ ਦੇ ਖਿਲਾਫ਼ ਬਗਾਵਤ ਕਰਨੀ ਹੈ ਨੌਜਵਾਨੀ ਕਰ ਸਕਦੇ, ਤੇ ਕਿਉਂ ਨਾ ਇਹਨਾਂ ਨੂੰ ਨਸ਼ੇ ਦੇ ਹਥਿਆਰ ਦੇ ਨਾਲ ਖਤਮ ਕਰ ਦਿੱਤਾ ਜਾਵੇ। ਆ ਸਰਕਾਰਾਂ ਜਿਹਨਾਂ ਦਾ ਫਰਦ ਮੰਨਦਾ ਆ ਕੌਣ ਨੂੰ ਕੱਢਣਾ, ਪਰ ਕਿਤੇ ਖੁਦ ਸਵਾਰੀ ਸਮਾਜ ਵਿੱਚ ਭੇਜ ਦੇਣਾ। ਜਦੋਂ ਵੋਟਾਂ ਹੁੰਦੀਆਂ, ਚਾਹੇ MLA ਦੀਆਂ ਵੋਟਾਂ, ਚਾਹੇ ਸਰਪੰਚੀ ਦੀਆਂ ਵੋਟਾਂ, ਚਾਹੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ, ਕਿਉਂ ਨਾ ਹੁਣ ਆ ਸ਼ਰੇਆਮ ਪਿੰਡਾਂ ਪਿੰਡਾਂ ਵਿੱਚ ਜਾ ਕੇ ਨਸ਼ੇ ਬੰਦੇ ਜਾਂਦੇ ਨੇ। ਇਹ ਘਰ ਘਰ ਦੀ ਕਹਾਣੀ, ਸੁਹਾਗਣਾਂ ਦੇ ਸੁਹਾਗ ਰੱਬ ਨੂੰ ਪਿਆਰੇ ਹੁੰਦੇ ਜਾਂਦੇ, ਭੈਣਾਂ ਦੇ ਵੀਰੇ ਉਹ ਭੈਣਾਂ ਜਿਹੜੀਆਂ ਰੱਬ ਦੇ ਕੋਲੋਂ ਸੁੱਖਾਂ ਸੁੱਖ ਸੁੱਖ ਕੇ ਆਪਣੇ ਵੀਰਿਆਂ ਨੂੰ ਮੰਗਦੀਆਂ, ਯਾਦ ਰੱਖਿਆ ਜੇ।